ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਕਈ ਵਾਰ ਆਪਾਂ ਨੂੰ ਖੇਤ 'ਚ ਕੋਈ ਫਸਲ ਖੜੀ ਹੁੰਦੀ ਜਾਂ ਕਈ ਵਾਰ ਪਨੀਰੀ ਖਰਾਬ ਹੋ ਜਾਂਦੀ ਹੈ ਜਾਂ ਜ਼ਿਆਦਾ ਵੱਡੀ ਹੋ ਜਾਂਦੀ ਆ ਤਾਂ ਉਹਦੇ ਕਰਕੇ ਪਨੀਰੀ ਆਪਾਂ ਨੂੰ ਜਿਹੜੀ ਹੈਗੀ ਆ ਜਾਂ ਤੱਕ ਤੁਹ ਖਰੀਦਣੀ ਪੈਂਦੀ ਜਾਂ ਬੀਜਣੀ ਪੈਂਦੀ ਜਾਂ ਵੈਸੇ ਹੀ ਆਪਾਂ ਜਿਹੜਾ ਹੈਗਾ ਥੋੜਾ ਲੇਟ ਕਿਉਂਕਿ ਖੇਤ ਦੇ ਵਿੱਚ ਅਜੇ ਫਸਲ ਆਪਣੀ ਕੋਈ ਹੁੰਦੀ ਆ ਤਾਂ ਫਰਜ਼ ਕਰ ਲਓ ਜੇ ਮੱਕੀ ਖੜੀ ਆ ਤਾਂ ਫਿਰ ਆਪਾਂ ਜਿਹੜੀ ਹੈਗੀ ਆ ਜੂਨ ਦੇ ਐਂਡ ਤੱਕ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਿਸ ਕਿਸਮ ਦੀ ਪਨੀਰੀ ਬੀਜ ਸਕਦੇ ਜਿਹੜੀ ਕਿ ਆਪਾਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਜਾਂ ਜੁਲਾਈ ਦੇ ਐਂਡ ਤੱਕ ਟ੍ਰਾਂਸਪਲੈਂਟ ਕਰ ਸਕੀਏ ਉਹਦੇ ਵਿੱਚ ਝੋਨੇ ਦੀ ਜਾਂ ਬਾਸਮਤੀ ਦੀਆਂ ਕਿਸਮਾਂ ਬਾਰੇ ਕਿਸਾਨ ਵੀਰ ਪੁੱਛ ਰਹੇ ਸੀਗੇ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲਰ ਬਟਨ ਦਾ ਬਲੋਇ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਝੋਨੇ ਦੇ ਵਿੱਚ ਲੇਟ ਤੇ ਸਭ ਤੋਂ ਵਧੀਆ ਸਭ ਤੋਂ ਵੱਧ ਆਚਾਰ ਵਾਲੀ ਕਿਸਮ ਜਿਹੜੀ ਕਿ ਆਪਾਂ 30 ਜੂਨ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਵੀ ਪਲੇਰੀ ਜੀ ਦੀ ਬੀਜ ਸਕਦੇ ਹਾਂ PR126 ਬੈਸਟ ਵੈਰੈਟੀ ਆ ਪਨੀਰੀ ਜਦੋਂ ਪੁੱਟ ਕੇ ਲਾਉਣੀ ਖੇਤ ਚ ਤਾਂ ਉਸ ਤੋਂ ਬਾਅਦ ਇਹ 92-93 ਦਿਨਾਂ ਦੇ ਵਿੱਚ 95 ਦਿਨਾਂ ਦੇ ਵਿੱਚ ਪੱਕ ਜਾਂਦੀ ਆ ਤਾਂ ਬੜੇ ਆਰਾਮ ਦੇ ਨਾਲ ਆਪਾਂ ਨਵੰਬਰ ਦੇ ਅੱਧ ਤੱਕ ਖੇਤ ਨੂੰ ਬਣਾਸਵਾਰ ਕੇ ਖੇਤ ਦੇ ਵਿੱਚ ਪਰਾਲੀ ਜਿਹੜੀ ਹੈਗੀ ਆਪਾਂ ਵਾਹ ਕੇ ਜਾਂ ਸੁਪਰ ਸੀਡਰ ਨਾਲ ਜਾਂ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰ ਸਕਦੇ ਆ PR126 ਜਿਹੜੀ ਆਪਾਂ 30 ਜੂਨ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਪਹਿਲੇ ਹਫ਼ਤੇ ਵੀ ਪਨੀਰੀ ਬੀਜ ਸਕਦੇ ਹਾਂ ਜਿਹੜੀ ਕਿ 25 ਦਿਨਾਂ ਚ ਆਪਾਂ ਪਨੀਰੀ ਤਿਆਰ ਕਰਕੇ 22-22 ਦਿਨਾਂ ਦੇ ਵਿੱਚ 20-20 ਦਿਨਾਂ ਚ ਵੀ ਪਨੀਰੀ ਜਿਹੜੀ ਹੈਗੀ ਇਹਦੀ ਲੱਗ ਜਾਂਦੀ ਆ ਤੇ ਜੇ ਆਪਾਂ ਕੋਈ ਬਾਸਮਤੀ ਦੀ ਕਿਸਮ ਬੀਜਣੀ ਚਾਹੁੰਦੇ ਆ ਤਾਂ ਉਹਦੇ ਵਿੱਚ CSR ਜੇ 30 ਕਿਸਮਾਂ ਜਾਂ ਤਾਂ CSR 30 ਜਾਂ ਪੂਸਾ ਬਾਸਮਤੀ 1509 ਜਾਂ ਪੂਸਾ ਬਾਸਮਤੀ 1692 ਜਾਂ ਪੂਸਾ ਬਾਸਮਤੀ 1847 ਇਹ ਕਿਸਮ ਆਪਾਂ ਜਿਹੜੀਆਂ ਇਹਦੀ ਪਨੀਰੀ ਹੈ ਉਹ ਆਪਾਂ ਜਲਾਈ ਦੇ ਪਹਿਲੇ ਹਫਤੇ ਤੱਕ ਬੜੇ ਆਰਾਮ ਨਾਲ ਬੀ ਸਕਦੇ ਆ ਕਿਉਂਕਿ ਇਹ ਪੱਕਣ ਦੇ ਵਿੱਚ ਘੱਟ ਸਮਾਂ ਲੈਂਦੀਆਂ ਨੇ ਤੇ ਆਪਾਂ ਪਨੀਰੀ ਵੀ ਜਿਹੜੀ ਹੈਗੀ ਇਹਦੀ 25 28 ਦਿਨਾਂ ਦੀ ਇਹਨਾਂ ਦੀ ਆ ਆਪਾਂ ਲਾਉਣੀ ਹੁੰਦੀ ਕਿਉਂਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੇ ਤੇ ਜਿੰਨੀ ਛੋਟੀ ਆਪਾਂ ਪਨੀਰੀ ਲਾਵਾਂਗੇ ਪੁੱਟ ਕੇ ਤੇ ਉਨਾ ਹੀ ਵਧੀਆ ਝਾੜ ਹੋਊਗਾ ਬੇਨਤੀ ਆ ਕਈ ਕਿਸਾਨ ਵੀਰਾਂ ਨੂੰ ਜਦੋਂ ਆਪਾਂ ਪਨੀਰੀ ਬੀਜਣ ਬਾਰੇ ਜ਼ਰੂਰੀ ਨੁਕਤੇ ਸਾਂਝੇ ਕੀਤੇ ਜਿਹਦੇ ਚ ਜ਼ਰੂਰੀ ਪੌੜ ਮੜੇ ਜਾਂ ਜਿਹੜੀ ਸਰੋਂ ਦੀ ਖਾਲਾ ਜਿਹੜੀ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਪਾਉਣੀ ਆ ਜਾਂ ਆਪਾਂ ਪਨੀਰੀ ਦੀ ਬਜਾਈ ਹੈ ਜਿਹੜੀ ਉਹ ਥੋੜਾ ਜਿਹਾ ਕੱਦੂ ਮਾਰ ਕੇ ਕੱਦੂ ਕਰਕੇ ਤੇ ਫਿਰ ਪਨੀਰੀ ਬੀਜਣੀ ਤਾਂ ਕਿ ਉਹਦੀਆਂ ਜੜ੍ਹਾਂ ਜਿਹੜੀਆਂ ਥੋੜੇ ਏਰੀਏ ਦੇ ਵਿੱਚ ਬੁੱਟੀਆਂ ਦੀਆਂ ਰਹਿਣ ਤੇ ਜ਼ਿਆਦਾ ਥੱਲੇ ਤੱਕ ਜੜ ਨਾ ਮਾਰੇ ਤੇ ਪੁੱਟਣ ਦੇ ਵਿੱਚ ਬੜੀ ਆਸਾਨੀ ਰਹੇ ਕਈ ਕਿਸਾਨ ਵੀਰ ਜਿਹੜੇ ਇਹ ਨੁਕਤੇ ਫਾਲੋ ਨਹੀਂ ਕਰਦੇ ਉਹਦੇ ਕਰਕੇ ਕਾਫੀ ਸਮੱਸਿਆ ਆਉਂਦੀ ਹੈ ਦੂਸਰੀ ਗੱਲ ਜਿਹੜੀਆਂ ਆਪਾਂ ਖਾਦਾਂ ਪਾਉਣੀਆਂ ਨੇ ਖਾਦਾਂ ਦੇ ਵਿੱਚ ਜਦੋਂ ਆਪਾਂ ਪਨੀਰੀ ਪੁੱਟ ਕੇ ਲਾਉਣੀ ਆ ਤਾਂ ਉਸ ਦੌਰਾਨ ਬਾਸਮਤੀ ਨੂੰ ਖਾਸ ਤੌਰ ਤੇ ਪोटाश ਜਾਂ ਸੁਪਰ ਤੁਸੀਂ ਪਨੀਰੀ ਜਦੋਂ ਆਪਾਂ ਕਦੂ ਕਰਦੇ ਆ ਆਖਰੀ ਕਦੂ ਕਰਨ ਵੇਲੇ ਜਾਂ ਖੇਤ ਤਿਆਰ ਕਰਨ ਸਮੇ ਖੇਤ ਦੇ ਵਿੱਚ ਪोटाश ਜਾਂ ਸਿੰਗਲ ਸੁਪਰ ਫਾਸਫੇਟ ਉਹ ਪਾ ਸਕਦੇ ਜਿਹੜੀ ਯੂਰੀਆ ਆਪਾਂ ਬਾਸਮਤੀ ਨੂੰ ਜਿਹੜੀ ਹੈਗੀ ਹੈ ਤੀਜੇ ਹਫਤੇ ਪਾਉਣੀ ਆ ਜ਼ਿੰਕ ਆ ਜਿਹੜੀ ਉਹ 12-15 ਦਿਨਾਂ ਤੇ ਜਾ ਕੇ ਆਪਾਂ ਪਾ ਸਕਦੇ ਤਾਂ ਕਿ ਜ਼ਿੰਕ ਦੀ ਘਾਟ ਨਾ ਆਵੇ ਤੇ ਝਾੜ ਵੀ ਆਪਣਾ ਵਧੀਆ ਰਹੇ ਤੇ ਜਿਹੜੀ ਯੂਰੀਆ ਉਹ ਆਪਾਂ ਅਗੇਤੀ ਤੇ ਬਹੁਤ ਜ਼ਿਆਦਾ ਕਿਉਂਕਿ ਕਿਸਾਨ ਵੀਰ ਜਿਹੜੇ ਬਾਸਮਤੀ ਦੇ ਵਿੱਚ ਆਮ ਤੌਰ ਤੇ ਦੇਖਣ ਜਾਏਗਾ ਝੁੰਨੇ ਜਿੰਨੇ 3-3 ਗੱਟੇ 4-4 ਗੱਟੇ 2.5-2 ਗੱਟਿਆਂ ਤੱਕ ਪਾਉਂਦੇ ਜਾਂਦ ਕੇ ਮੈਕਸਿਮਮ ਆਪਾਂ ਮੈਕਸਿਮਮ ਵੀ ਕਹਿ ਲਈਏ ਤਾਂ ਡੇਢ ਗੱਟੇ ਤੱਕ ਬਾਸਮਤੀ ਨੂੰ ਜ਼ਰੂਰਤ ਹੁੰਦੀ ਆ ਜਾਂ ਜਿਹੜਾ ਜਿਵੇਂ ਆਪਾਂ ਜੇ ਕਿਸਮਾਂ ਦੀ ਗੱਲ ਕਰੀਏ ਪੰਜਾਬ ਬਾਸਮਤੀ 7 ਆ ਜਾਂ 5 ਆ ਪੂਸਾ ਬਾਸਮਤੀ 11 21 16 37 17 18 ਇਹਨਾਂ ਕਿਸਮਾਂ ਨੂੰ 40 ਕਿਲੋ ਯੂਰੀਆ ਦੀ ਲੋੜ ਹੁੰਦੀ 20-20 ਕਿਲੋ ਦੋ ਵਾਰੀ ਦੇਣੀ ਹੁੰਦੀ ਆ ਤੇ ਜਿਹੜੀ 1509 ਆ ਜਾਂ 1847 ਆ ਇਹਨਾਂ ਨੂੰ ਆਪਾਂ 54 55 ਕਿਲੋ ਜਾਂ 60 ਕਿਲੋ ਯੂਰੀਆ ਜਿਹੜੀ 30-30 ਕਿਲੋ 25-25 ਕਿਲੋ ਜਿਹੜੀ ਦੋ ਵਾਰ ਪਾਉਣੀ ਹੁੰਦੀ ਆ ਤੀਜੇ ਤੇ 6ਵੇਂ ਹਫ਼ਤੇ ਲਵਾਈ ਤੋਂ ਤੀਜੇ ਤੇ 6ਵੇਂ ਹਫ਼ਤੇ ਜਿੰਨੀ ਇਹਦੀ ਬਾਸਮਤੀ ਨੂੰ ਆਪਾਂ ਵੱਧ ਨਾਈਟ੍ਰੋਜਨ ਦਵਾਂਗੇ ਉੰਨੀ ਉਹਦੀ ਫੌਦੇ ਦੀ ਫਲਾਉਟ ਤੇ ਚਾਈ ਵਧੂਗੀ ਤੇ ਫਸਲ ਡਿੱਗੂਗੀ ਤੇ ਝਾੜ ਘਟੂਗਾ ਫੋਕ ਪਾਊਗੀ ਕੁਆਲਿਟੀ ਖਰਾਬ ਹੋਊਗੀ ਇਸ ਕਰਕੇ ਜੇ ਤੁਸੀਂ ਲੇਟ ਆਪਣੀ ਦੀ ਕੋਈ ਬੀਜਣੀਆਂ ਤਾਂ PR126 ਜਾਂ ਬਾਸਮਤੀ ਜਿਹੜੀ ਹੈਗੀ CSR30 ਪੂਸਾ ਬਾਸਮਤੀ 1509 1691 1847 ਵੇਖ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ